ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਅਗਲੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਇਹਦੇ ਵਿੱਚ ਅਸੀਂ ਇੱਕ ਤਿਹਾਈ ਸਿੱਖਦੇ ਹਾਂ, ਬੜੀ ਕੋਮਨ ਹੈ, ਸਾਰੇ ਹੀ ਵਜਾਉਂਦੇ ਸਾਰੇ, ਅਤੇ ਜੇ ਕੋਈ ਨਹੀਂ ਵਜਾਉਂਦਾ ਤਾਂ ਚਾਹੁੰਦਾ ਕਿ ਹਾਂ ਮੈਂ ਵੀ ਵਜਾਵਾਂ। ਸੋ ਸਿੰਪਲ ਧਾ ਤਖਤ ਟਿਕਟ ਧਾ ਤਖਤ ਟਿਕਟ ਧਾ ਤਖਤ ਟਿਕਟ ਧਾ, ਅਤੇ ਸਾਰੇ ਹੀ ਠੇਕਿਆਂ ਵਿੱਚ ਵੱਜ ਜਾਂਦੀ ਹੈ। ਕੀ ਕੈਰਵਾ, ਕੀ ਦਾਦਰਾ, ਕੀ ਰੂਪਕ, ਕੋਈ ਨਾਮ ਲਓ, ਉਹਦੇ ਵਿੱਚ ਤਿਹਾਈ ਤੁਸੀਂ ਬੜੇ ਆਰਾਮ ਨਾਲ ਵਜਾ ਸਕਦੇ ਹੋ। ਠੀਕ ਹੈ, ਬਹੁਤ ਈਜ਼ੀ ਹੈ। ਪਹਿਲਾਂ ਆਪਾਂ ਜੋ ਬੇਸਿਕ ਤਿਹਾਈ ਹੈ ਉਹ ਸਿੱਖ ਲੈਂਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਇਹਨੂੰ ਅਲੱਗ ਅਲੱਗ ਤਾਲਾਂ 'ਚ ਕਿਸ ਤਰ੍ਹਾਂ ਵਜਾਉਣਾ, ਕਿੱਥੋਂ ਚੱਕਣਾ, ਕਿਵੇਂ ਛੱਡਣਾ, ਠੀਕ ਹੈ, ਅਤੇ ਉਹ ਆਪਾਂ ਇੱਥੇ ਸਿੱਖਾਂਗੇ। ਠੀਕ, ਸੋ ਬੇਸਿਕ ਤਿਹਾਈ ਕੀ ਹੈ? ਕ ਤਕ ਤਿਟ ਕਿਟ ਧਾ ਤਕ ਤਿਟ ਕਿਟ ਧਾ ਤਕ ਤਿਟ ਕਿਟ ਧਾ। ਹੁਣ ਤੱਕ ਜਿਹੜਾ ਹੈਗਾ ਕ ਤਾਂ ਚਲੋ ਸਿੰਪਲ ਹੋ ਗਿਆ, ਕ ਕ ਤੋਂ ਬਾਅਦ ਵਨ ਦਾ ਪੋਜ਼, ਕ ਵਨ ਤੱਕ, ਠੀਕ ਹੈ, ਤੱਕ ਚਾਰ ਉਂਗਲਾਂ ਨਾਲ ਤੱਕ ਟਿੱਟ, ਫਿਰ ਟਿੱਟ ਵਜਾਉਣ ਲਈ ਆ ਤਿੰਨ ਉਂਗਲਾਂ ਕਰ ਲੈਣੀਆਂ, ਠੀਕ ਹੈ, ਕ ਵਨ ਤੱਕ ਟਿੱਟ ਕਿੱਟ ਧਾ ਵਨ ਤੱਕ ਟਿੱਟ ਕਿੱਟ ਧਾ ਵਨ ਤੱਕ ਟਿੱਟ ਕਿੱਟ ਧਾ। ਬਸ ਇੰਨੀ ਕੁ ਤਿਹਾਈ ਆ, ਹੋਰ ਕੁਛ ਨਹੀਂ ਹੈਗਾ ਇਹਦੇ 'ਚ। ਕ ਵਨ ਤੱਕ ਟਿੱਟ ਕਿੱਟ ਧਾ ਤੱਕ ਟਿੱਟ ਕਿੱਟ ਧਾ ਤੱਕ ਟਿੱਟ ਕਿੱਟ ਧਾ, ਠੀਕ ਹੈ, ਕ ਤੱਕ ਤੇ ਟਿਕਟ ਧਾ ਤੱਕ ਤੇ ਟਿਕਟ ਧਾ ਤੱਕ ਤੇ ਟਿਕਟ ਧਾ ਕ ਤੱਕ ਤੇ ਟਿਕਟ ਧਾ ਕ, ਠੀਕ ਹੈ, ਬੇਸਿਕਲੀ ਇਹ ਹੈ ਕ ਤੱਕ। ਹੁਣ ਇਹਨੂੰ ਤਿੰਨ ਵਾਰ ਵੀ ਜਾਓਗੇ ਤਾਂ ਵੀ ਪੂਰੀ ਆ ਜਾਏਗੀ। ਦੇਖੋ ਵਨ ਤੀਜੀ ਵਾਰ ਜਦੋਂ ਧਾ ਤੇ ਸਮ ਆਉਣਾ ਚਾਹੀਦਾ ਜਗ੍ਹਾ ਤਾ ਲਗਾ ਲਓ ਤਾਂ ਕਿ ਆਈਡੀਆ ਹੋਵੇ ਸਾਰਿਆਂ ਨੂੰ ਕਿ ਹਾਂ ਜੀ ਸਾਹਮਣੇ ਆਇਆ, ਤੀਜੀ ਵਾਰ 'ਚ ਆਏਗਾ। ਦੇਖੋ ਕਿੱਦਾਂ ਵਨ ਇੱਥੇ ਤੁਸੀਂ ਛੱਡ ਸਕਦੇ ਹੋ, ਦਾ ਨੂੰ ਇਤਨਾ ਵੀ ਮਾਰ ਸਕਦੇ, ਤੁਹਾਡੀ ਮਰਜ਼ੀ ਹੈ, ਠੀਕ ਹੈ। ਫਿਰ ਦੁਬਾਰਾ ਦੇਖੋ ਕ ਠੀਕ ਹੈਗੀ, ਸਿੰਪਲ ਆ। ਕੈਰ ਵਿੱਚ ਵਜਾਉਣੀ ਹੋਵੇ ਤਾਂ ਇਹ ਤਾਂ ਕੈਰਵਾਏ 'ਚ ਤਾਂ ਤੁਸੀਂ ਮੇਰੇ ਨਾਲੋਂ ਵਧੀਆ ਵਜਾ ਲਓਗੇ। ਇਸੇ ਚੀਜ਼ ਨੂੰ ਜੇ ਆਪਾਂ ਦਾਦਰੇ ਵਿੱਚ ਵਜਾਉਣਾ ਹੋਵੇ, ਠੀਕ ਹੈ, ਅਤੇ ਇਸੇ ਚੀਜ਼ ਨੂੰ ਕੋਈ ਬੋਲ ਨਹੀਂ ਚੇਂਜ ਕਰਨ ਦੀ ਲੋੜ, ਬਸ ਇਹ ਹੈ ਕਿ ਚੱਕਣਾ ਕਿੱਥੋਂ ਹੈ ਉਹ ਆਪਾਂ ਦੇਖ ਲੈਂਦੇ ਹਾਂ, ਠੀਕ ਹੈ, ਵਨ ਟੂ ਵਨ, ਠੀਕ ਹੈ, ਵਨ ਟੂ ਤੋਂ ਬਾਅਦ ਹੀ ਚੱਕ ਲੈਣੀ, ਵਨ ਟੂ ਕ ਤੱਕ ਦੇ ਟਿਕਟ ਥਾ ਤੱਕ ਦੇ ਟਿਕਟ ਥਾ ਤੱਕ ਦੇ ਟਿਕਟ ਥਾ, ਠੀਕ ਹੈ, ਜਾਂ ਕਈ ਵਾਰ ਕੀ ਹੁੰਦਾ ਸਾਨੂੰ ਆਈਡੀਆ ਨਹੀਂ ਹੁੰਦਾ ਕਿ ਕਿੱਥੋਂ ਚੱਕਣਾ, ਉਹਦਾ ਸੌਖਾ ਤਰੀਕਾ ਹੁੰਦਾ ਵਨ ਟੂ ਦਿਮਾਗ 'ਚ ਗਿਣੀ ਹੋ, ਜਿਵੇਂ ਚੱਲ ਰਿਹਾ ਨਾ। ਸੋ ਇਹਦੇ ਨਾਲ ਜਿਹੜੀ ਲੈਅ ਰੱਖਣੀ ਹੈ ਉਹ ਹੀ ਰੱਖਣੀ ਹੈ ਸਿੰਗਲ, ਚਾਹੇ ਡਬਲ ਵੱਜ ਰਿਹਾ ਹੋਵੇ, ਕਿਵੇਂ ਗਿਣਾ, ਇੱਦਾਂ ਨਹੀਂ ਕਿੰਨਾ, ਵਨ ਟੂ ਥ੍ਰੀ ਫੋਰ ਫਾਈਵ ਸਿਕਸ, ਵਨ ਟੂ ਥ੍ਰੀ ਫੋਰ ਫਾਈਵ ਸਿਕਸ, ਵਨ ਟੂ ਥ੍ਰੀ ਫੋਰ ਫਾਈਵ ਸਿਕਸ, ਠੀਕ ਹੈ, ਇੱਕ ਮਿੰਟ ਕਹਿ ਦਿਓ ਤਾਂ ਕਿ ਤੁਹਾਨੂੰ ਤਿਹਾਈ ਚੱਕਣੀ ਸੌਖੀ ਹੋ ਜਾਵੇ, ਠੀਕ ਹੈ, ਵਨ ਟੂ ਥ੍ਰੀ ਫੋਰ ਫਾਈਵ ਸਿਕਸ, ਵਨ ਟੂ ਵਨ ਟੂ ਵਨ ਟੂ ਵਨ ਟੂ। ਇਹਨੂੰ ਤੁਸੀਂ ਉਠਾਨ ਵਜੋਂ ਵੀ ਚੱਕ ਸਕਦੇ ਹੋ, ਠੀਕ ਹੈ, ਕੋਈ ਠੇਕਾ ਤੁਸੀਂ ਕਿਤੋਂ ਵੀ ਸ਼ੁਰੂ ਕਰਨਾ ਹੈਗਾ, ਹੈ ਨਾ, ਸਟਾਰਟਿੰਗ ਦੇ ਵਿੱਚ ਛੋਟਾ ਜਿਹਾ ਤੁਸੀਂ ਇੱਦਾਂ ਟੁਕੜਾ ਜਿਹਾ ਲਗਾ ਕੇ ਇਹਦਾ, ਅਤੇ ਇਹਨੂੰ ਚੱਕ ਸਕਦੇ ਹੋ, ਜਿੱਦਾਂ ਰੰਜਿਸ਼ੀ ਸਹੀ ਦਿਲ ਹੀ ਦੁਖਾਨੇ ਕੇ ਲੀਏ ਆ ਰੰਜਿਸ਼
देखो दिल ही दुखाने के लिए दिल ही दुखाने के लिए ठीक है। सो इत परमी जी तिहाई आएगी तो सारियां जड़ा है मज़ा आएगा कि धा वाली तिहाई वैसे भी अच्छी लगती है जो इस तरह स्टार्टिंग करनी हो। ओके सो इस तरह तुम अच्छी वर्त सकते हो तो इस तरह ही थोड़ा जहा होर दिमाग लगा लो, इनू रूपक वरत लो, किनिया तालां जिहड़ा तुसी वरत सकदे हो। मैं इस लैसन थोड़ा हैवी नहीं करना चाहता क्योंकि जिन्ना लैसन विच मैं बार बार ज़्यादा चीज़ां कराने की कोशिश करांगा तो उन्ना ही ना जिहड़ा दिमाग विच चीज़ जिहड़ी है घर करनी औखी हो जाती। सो मैं इनू थोड़ा जहा इत्थे ही संकोच कर देना ताकि इन्ना को लैसन हजम हो जाए चंगी तरह। बाकी तो ਇਹ ਕਿਹੜਾ ਆਖਰੀ ਵੀਡੀਓ ਅੱਗੋਂ ਹੋਰ ਆਉਣਗੀਆਂ ਅਤੇ ਉਹਦੇ ਵਿੱਚ ਆਪਾਂ ਕੁਛ ਕਾਫੀ ਕੁਛ ਜਿਹੜਾ ਅਗਰ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਓਕੇ ਥੈਂਕ ਯੂ ਸੋ ਮੱਚ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।